ਹੈਗਾ ਤਾਇਆ ਪਰ ਹੈਗਾ ਸਾਡਾ ਯਾਰ ਬੇਲੀ ਤਾਇਆ ਤਾਂ ਤਾਇਆ ਨਾਲ ਯਾਰੀ ਯੂਰੀ ਹੋਣੀ ਚਾਹੀਦੀ ਆ ਫਿਰ ਮੈਂ ਨਹੀਂ ਕਹਿ ਰਿਹਾ ਤਾਈ ਕੋਲੇ ਤਾਇਆ ਹੀ ਹੈ ਤਾਇਆ ਹੀ ਹੈ ਇੱਥੇ ਬੇਲੀ ਹੈ ਇੱਥੇ ਬੇਲੀ ਹੈ ਜਾਣਦਾਰ ਨਹੀਂ ਹੈਗੀ ਇਹਦਾ ਮਤਲਬ ਹੈ ਹੈਗੀ ਅਸੀਂ ਹੌਸਲਾ ਪਰ ਨੂੰ ਫਿਰਦੇ ਦੂੰਗੇ ਤਾਂ ਹੈਗੀ ਆ ਜੀਵਨਜੋਤ ਸਿੰਘ ਹਾਂਜੀ ਇੰਨੇ ਸਮਾਰਟ ਆ ਕੀ ਖਾਂਦੇ ਆ चलो मेरे जाके चीज पहला मिलूगी जिन्या भी इन्होंने गल जगो ही सही नहीं होगी गलती नहीं अस्सलामुअलैकुम जी सत श्री अकाल प्रणाम दोस्तों एक पिंड पंजाब दा चैनल दी टीम हमेशा ही कोशिश करती है कि एक खसूसी इवेंट जिहड़े आ उहनां नूं जाके शूट किया जाए और जिहड़े साडे चढ़दे पंजाब तों लोग आए हुए साडे भैण भरा साडे वीर उहनां दीआं जिहड़ियां गल्लां बातां तुहाडे नाल सांझियां कीतीआं जाण उहनां दे दिल च की आ की सोच के आए सी उह सारा कुछ ना तुहाडे सामणे रखण दी कोशिश करी दी है जी साडे नाल अज फिरोजपुर तों आए हुए मेहमान मियां बीवी आ दोनों इन्हों गलबात करते हैं भी इन्होंने कि लगा जी अपना नाम दसो जी पहले रणजीत सिंह रणजीत सिंह बाबा रणजीत सिंह फिरोजपुर तो अच्छा एक बाबा भी है ना रणजीत बाबा हाँ बड़ा मशहूर होया हाँ सुनाओ कि लगा आके पहली बार जी फर्स्ट टाइम आए जी अच्छा ਜਿਵੇਂ ਹੁਣ ਆਉਂਦੇ ਸੀਗੇ ਵੀ ਤੁਸੀਂ ਨਾ ਜਾਓ ਉੱਥੇ ਪਾਸਪੋਰਟ ਤੇ ਜਾ ਕੇ ਇੱਕ ਵਾਰੀ ਮੋਰ ਲੱਗ ਜਾਂਦਾ ਹੋਰ ਬੰਨੇ ਨਹੀਂ ਜਾਣਾ ਕੰਟਰੀ 'ਚ ਜਾਣਾ ਔਖਾ ਹੋ ਜਾਂਦਾ ਮੈਨੂੰ ਤਾਂ ਨਹੀਂ ਲੱਗਦਾ ਕਿ ਇੱਥੇ ਆ ਕੇ ਵੀ ਐਂ ਕੋਈ ਬੰਦੇ ਨੂੰ ਲੱਗੂਗਾ ਗੁਰੂ ਦੀ ਧਰਤੀ ਤੇ ਝੂਠ ਦੇ ਪੈਰ ਨਹੀਂ ਹੁੰਦੇ ਉਹ ਝੂਠ ਹੀ ਆ ਜੀ ਐਸੀ ਕੋਈ ਗੱਲ ਨਹੀਂ ਪਰ ਆਪਾਂ ਤਾਂ ਕੋਈ ਨਹੀਂ ਕਰਵਾ ਤਾਂ ਬਹੁਤ ਵਧੀਆ ਸਿਕਿਉਰਿਟੀ ਮਿਲੀ ਹੈ ਸਾਨੂੰ ਸਾਰੇ ਟਾਈਮ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਰਹਿਣ ਦਾ ਵੀ ਹਰੇਕ ਪਾਸੇ ਹਰੇਕ ਫੈਸਿਲਿਟੀ ਮਿਲਦੀ ਪਈ ਹੈ ਇਹ ਤੁਸੀਂ ਫਿਰ ਇੱਕ ਦੂਜੇ ਨੂੰ ਤਿਆਰ ਕੀਤਾ ਹਾਂਜੀ ਅਬੇ ਜਾਣਾ ਚਾਹੀਦਾ ਹੈ ਜਾਣਾ ਚਾਹੀਦਾ ਹੈ ਜਿਵੇਂ ਹੁਣ ਇਹਨਾਂ ਨੇ ਕਾਲ ਕੀਤੀ ਸੀ ਕਿ ਪਹਿਲਾਂ ਆਪਣੇ ਉਤਜੀਤ ਸਿੰਘ ਤਲੂਪਰੇ ਤੋਂ ਅੱਛਾ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਨੂੰ ਦੱਸਿਆ ਵੀ ਅਸੀਂ ਜਾਣ ਦਾ ਮਕਾਨਾ ਸਾਹਿਬ ਪਾਸਪੋਰਟ ਆਪਣੇ ਫਿਰੋਜ਼ਪੁਰ ਹੈਗਾ ਭੁੰਦਰ ਸਾਹਿਬ ਉਹਨਾਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਇਹਨਾਂ ਨੇ ਦਿੱਤੇ ਫਿਰ ਮੇਰਾ ਵੀ ਮਨ ਬਣ ਗਿਆ ਅੱਛਾ ਮੇਰੇ ਨਾਲ ਇੱਕ ਮਾਸੀ ਦਾ ਬੇਟਾ ਵੀ ਤਿਆਰ ਹੋਇਆ ਅੱਛਾ ਉਹਦਾ ਵੀ ਮਨ ਪਾਸਪੋਰਟ ਉਹਨੇ ਦਿੱਤਾ ਸੀਗਾ ਵੀਜ਼ਾ ਵੀ ਆ ਗਿਆ ਉਹਦਾ ਉਹ ਥੋੜੇ ਆਂਦਾ ਵੀ ਦਿਨ ਜ਼ਿਆਦੇ ਲੱਗਣਗੇ ਅੱਛਾ ਵੀ ਇੰਨੇ ਦਿਨ ਕਰਕੇ ਮੇਰੇ ਘਰੇ ਨਹੀਂ ਸਰਨਾ ਆਪਣਾ ਜਿਹੜਾ ਪਿੰਡ ਉੱਥੇ ਕਿਹੜਾ ਹੈ ਬੂਟੇ ਵਾਲਾ ਬੂਟੇ ਵਾਲਾ ਹਾਂਜੀ ਅੱਛਾ ਉੱਥੇ ਪਹਿਲੇ ਮੁਸਲਮਾਨ ਰਹਿੰਦੇ ਹੁੰਦੇ ਸੀ ਪਾਰਟੀਸ਼ਨ ਤੋਂ ਪਹਿਲੇ ਨਹੀਂ ਜੀ ਅਸੀਂ ਤਾਂ ਬਾਅਦ ਚ ਆ ਕੇ ਬੈਠੇ ਪਿੱਛਾ ਸਾਡਾ ਪਿੰਡ ਉੱਥੇ ਹੋਰ ਸੀਗਾ ਇੱਥੇ ਪਾਕਿਸਤਾਨ ਚ ਨਹੀਂ ਪਾਕਿਸਤਾਨ ਦੇ ਉੱਥੇ ਫਿਰੋਜ਼ਪੁਰ ਹੀ ਸੀਗਾ ਪਿੰਡ ਉੱਥੇ ਮੁਸਲਮਾਨ ਹੈ ਨਹੀਂ ਸੀਗੇ ਆਪਣੇ ਅੱਛਾ 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 ਆਪਣੇ ਬੂਟੇ ਵਾਲੇ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਆ ਜੀ ਤਿੰਨ ਚਾਰ ਪਿੰਡ ਆ ਖਾਨਪੁਰ ਪਟੇਲ ਨਗਰ ਮਜੀਦਪੁਰ ਸਾਹਿਬ ਅੱਛਾ ਫਿਰੋਜ਼ਪੁਰ ਤੋਂ 3 ਕਿਲੋਮੀਟਰ ਹੀ ਤੁਸੀਂ ਪਹਿਲੀ ਵਾਰੀ ਆਏ ਫਸਟ ਟਾਈਮ ਆਏ ਕੀ ਆਪਣਾ ਟੀਅਰ ਬਾਰੇ ਆਉਣ ਦਾ ਬਹੁਤ ਵਧੀਆ ਜੀ ਸਭ ਕੁਝ ਬਹੁਤ ਵਧੀਆ ਅੱਛਾ ਤੁਸੀਂ ਮੇਰੀ ਭੈਣ ਪਹਿਲੀ ਵਾਰੀ ਆਏ ਆਪਣਾ ਕੀ ਨਾਮ ਆ ਹਾਂਜੀ ਪਰਮਜੀਤ ਕੌਰ ਅੱਛਾ ਤੇ ਕਿੱਦਾਂ ਲੱਗਾ ਤੁਹਾਡੀ ਔਲਾਦ ਨੇ ਨਹੀਂ ਕਿਹਾ ਵੀ ਨਾ ਜਾਓ ਉੱਥੇ ਖਤਰਾ ਆ ਨਹੀਂ ਜੀ ਉਹ ਤਾਂ ਟਕਿਆ ਸੋ ਜਾਓ ਤੁਸੀਂ ਅੱਛਾ ਕਹਿੰਦੇ ਸੀਗੇ ਜਾਓ ਮੇਰਾ ਪਹਿਲਾਂ ਕੈਨੇਡਾ ਦਾ ਲੱਗਿਆ ਹੋਇਆ ਵੀਜ਼ਾ ਕੈਨੇਡਾ ਲਾਇਆ ਜਾਂ ਕਰ ਜਾ ਕੇ ਆਏ ਠੀਕ ਆ ਕੈਨੇਡਾ ਫਿਰ ਤੁਸੀਂ ਦੇਖ ਕੇ ਪਾਕਿਸਤਾਨ ਦੇਖਿਆ ਤੁਹਾਨੂੰ ਕੀ ਕਿਸ ਲਿਹਾਜ਼ ਨਾਲ ਕਿਹੜਾ ਵਧੀਆ ਲੱਗਾ ਸਫਾਈ ਸਦਰਾਜ ਦੇ ਲਿਹਾਜ਼ ਨਾਲ ਤਾਂ ਚਲੋ ਉਹ ਮੰਨ ਲੈਂਦੇ ਆ ਉਹ ਤਾਂ ਜੋ ਬਾਤ ਨਾ ਆਈ ਨਹੀਂ ਆਈ ਇੱਥੇ ਹੀ ਬੜੀ ਮੁਹੱਬਤ ਪਿਆਰ ਬਹੁਤ ਜ਼ਿਆਦਾ ਲੱਗਾ ਹਾਂ ਬਹੁਤ ਸੋਹਣਾ ਲੱਗਿਆ ਜਾਨੀ ਆ ਤੇ ਮਨ ਬਹੁਤ ਖੁਸ਼ ਹੋਇਆ ਠੀਕ ਆ ਲੋਕ ਆਪਣੇ ਸੀ ਜ਼ਬਾਨ ਆਪਣੀ ਸੀ ਹਾਂਜੀ ਹਾਂਜੀ ਕੋਈ ਸ਼ੈ ਵੀ ਲਈ ਆ ਨਹੀਂ ਹਜੇ ਖਰੀਦਾਰੀ ਨਹੀਂ ਕੀਤੀ ਨਹੀਂ ਹਜੇ ਤੱਕ ਤਾਂ ਪਹੁੰਚ ਰਹੇ ਆ ਕਿਹੜਾ ਅੱਛਾ ਲੈ ਕੇ ਜਾਵਾਂਗੇ ਅੱਛਾ ਲੈ ਕੇ ਜਾਵਾਂਗੇ ਕੀ ਦੱਸਿਆ ਘਰ ਵਾਲਿਆਂ ਨੇ ਵੀ ਸਾਡੇ ਲਈ ਲੈ ਕੇ ਆਇਓ ਉਹਨਾਂ ਤੋਂ ਕਈ ਗੱਲ ਕੀ ਲੈ ਕੇ ਆਉਂਗੇ ਹੁਣ ਦੇਖਦੇ ਆ ਇੱਥੇ ਆ ਕੇ ਪਤਾ ਲੱਗਾ ਪਹਿਲੀ ਵਾਰ ਆਏ ਆ ਸਰਪ੍ਰਾਈਜ਼ ਹੀ ਦੇਣਾ ਹੈ ਤੁਹਾਡਾ ਪਿੰਡ ਵੀ ਇਹੀ ਹੈ ਬਾਈ ਹੁਣ ਵਾਲਾ ਸਾਡਾ ਮੁਕਸਰ ਜ਼ਿਲ੍ਹਾ ਹੈ ਅੱਛਾ ਮੁਕਸਰ ਜਾਂ ਤੁਸੀਂ ਠੀਕ ਆ ਪਿੰਡ ਆਲਮਵਾਲਾ ਆਪਣੇ ਬੜੇ ਇੱਥੋਂ ਪਾਕਿਸਤਾਨ ਜੋ ਗਏ ਸੀ ਹਾਂਜੀ ਪੁਰਾਣਾ ਸਾਡਾ ਇੱਥੋਂ ਹੀ ਪਤਾ ਕੋਈ ਕਿਹੜਾ ਸੀਗਾ ਨਹੀਂ ਇਹ ਨਹੀਂ ਪਤਾ ਚਲੋ
ਹੋਰ ਕੋਈ ਐਸੀ ਗੱਲ ਜਿਹੜੀ ਤੁਸੀਂ ਇੱਥੇ ਦੇਖੀ ਹੋਵੇ ਤੁਹਾਨੂੰ ਬੜੀ ਉਹਨੇ ਮੁਤਾਸਰ ਕੀਤਾ ਹੋਵੇ ਇੰਪ੍ਰੈਸ ਕੀਤਾ ਹੋਵੇ ਬਹੁਤ ਵਧੀਆ ਲੱਗਿਆ ਕੋਈ ਨਹੀਂ ਇਸ ਤਰ੍ਹਾਂ ਰਹਿਸ਼ਾਂ ਕਾ ਮਿਲ ਗਈਆਂ ਸੀਗੀਆਂ ਹਾਂਜੀ ਹੁਣ ਕੀ ਸੁਨੇਹਾ ਦੋਗੇ ਜਾ ਕੇ ਅੱਗੇ ਦੂਜਿਆਂ ਨੂੰ ਕਹਾਂਗੇ ਜਾਓ ਤੁਸੀਂ ਵੀ ਜ਼ਰੂਰ ਜਾ ਕੇ ਆਓ ਜਾਓ ਜਾਣਾ ਚਾਹੀਦਾ ਹੈ ਸਾਹਿਬਾਨ ਦੇ ਪਹੁੰਚੋ ਇਹ ਵੀ ਵਧੀਆ ਹੈ ਜਾਣਾ ਚਾਹੀਦਾ ਦਰਸ਼ਨ ਕਰਨੇ ਚਾਹੀਦੇ ਜੀ ਦਰਸ਼ਨ ਕਰਨੇ ਚਾਹੀਦੇ ਜੀਵਨਜੋਤ ਸਿੰਘ ਹਾਂਜੀ ਇੰਨੇ ਸਮਾਰਟ ਆ ਕੀ ਖਾਂਦੇ ਆ ਬਸ ਕੁਛ ਨਹੀਂ ਨਹੀਂ ਕੋ ਖਾਂਦੇ ਹੀ ਕੁਛ ਨਹੀਂ ਖਾਂਦੇ ਹੀ ਕੁਛ ਨਹੀਂ ਜੀ ਅੱਛਾ ਨਹੀਂ ਫੇਰ ਵੀ ਕੀ ਰਾਜ਼ ਆ ਮੈਂ ਮੋਟਾ ਹੋਈ ਜਾਂਦਾ ਮੈਂ ਵੀ ਪਤਲਾ ਹੋਣਾ ਹਾਂ ਦੱਸੋ ਟਿਪ ਹੈ ਅਸੀਂ ਵੀ ਕੋਈ ਖਾਣੇ ਆ ਜੀ ਕਿਹੜਾ ਲੱਗਦਾ ਕਰਦਾ ਖਾਣੇ ਹੀ ਕਰਦੇ ਜੀ ਆਪਾਂ ਸਿੰਪਲ ਖੇਤੀਬਾੜੀ ਕਰਦੇ ਆ ਅੱਛਾ ਅੱਛਾ ਫੇਦਾ ਹਾਂ ਹੋ ਬਾਹਰ ਲੀਆਂ ਚੀਜ਼ਾਂ ਹੈ ਹੈ ਮਹਿੰਦੀ ਮਹਿੰਦੀ ਆ ਤੁਸੀਂ ਤਾਂ ਬਿਲਕੁਲ ਅਲ ਫਰ ਗਏ ਹੋਏ ਆ ਬਰੀਕ ਕਿਦਾਂ ਪੈਨਸਲ ਹੁੰਦੀ ਆ ਇਹ ਵੀ ਪਾਰਟਨਰ ਰਿਹਾ ਆਪਣਾ ਅੱਛਾ ਇਹ ਵੀ ਪਾਰਟਨਰ ਰਿਹਾ ਕਿਹੜੀ ਸ਼ਾਇਦ ਕੰਪਾਈਨਾਂ ਚ ਅੱਛਾ ਉਹ ਤਾਂ ਹੀ ਪਿੱਛੇ ਹਟ ਗਿਆ ਉਹਨੇ ਕਿਹਾ ਮੈਂ ਮੇਰਾ ਕੀ ਕਹਿੰਦੇ ਉਹ ਪਿੰਡਾਂ ਢਿੱਲੋਂ ਨਹੀਂ ਕਹਿੰਦਾ ਵੀ ਦਿੱਲੀ ਢਾਜੂ ਪਿੰਡ ਆਰ ਕੀ ਰਾਜੂ ਜੇ ਪਿੰਡ ਹੀ ਢਾਜੂ ਉਹਦਾ ਕੀ ਬਣਨਾ ਆ ਬਾਈ ਉਹਨਾਂ ਦਾ ਕੀ ਬਣਨਾ ਵਿੱਚ ਤੁਹਾਡੇ ਵਰਗੇ ਬੰਦਿਆਂ ਬਾਰੇ ਕਿਹਾ ਨਾ ਵੀ ਫਰਿਸ਼ਤਾ ਜਾਨ ਕੱਢਣ ਆਇਆ ਉਹਨੇ ਕਿਹਾ ਇਹਨੂੰ ਪਹਿਲੇ ਕੁਝ ਖੜਾ ਪੜਾ ਲਓ ਫਿਰ ਮੈਂ ਦੁਬਾਰਾ ਆਉਂਗਾ ਇੱਥੇ ਤਾਂ ਜਾਨ ਹੀ ਹੈ ਨੀ ਗੀ ਉਦਾਂ ਦਾ ਬੰਦਾ ਫਿੱਟ ਰਹਿੰਦਾ ਇੱਦਾਂ ਦਾ ਹਨਾ ਛਾਲਾਂ ਛੁਲਾਂ ਮਾਰਦਾ ਜਿੱਦਾਂ ਮਰਜ਼ੀ ਆ ਫੁਰਤੀ ਜ਼ਿਆਦਾ ਰਹਿੰਦੀ ਆ ਫੁਰਤੀ ਬਹੁਤ ਆ ਫੁਰਤੀ ਜ਼ਿਆਦਾ ਰਹਿੰਦੀ ਆ ਸੁਸਤੀ ਨਹੀਂ ਨਾ ਆਉਂਦੀ ਹੈਗੀ ਨਹੀਂ ਸੁਸਤੀ ਨਹੀਂ ਆਉਂਦੀ ਹੈਗੀ ਹੁਣ ਉਹ ਬੱਸ 'ਚ ਅਸੀਂ 10 ਨੰਬਰ 'ਚ ਜਾਂਦੇ ਹਾਂ ਇਹ ਮੈਨੂੰ ਆਉਂਦੇ ਵੀ ਸਾਰੇ ਤੰਗ ਹੋਣਗੇ ਤੇਰੇ ਤੋਂ ਵੀ ਬੋਲੀ ਜਾਂਦਾ ਹਾਂ ਥਕਾਵਟ ਨਹੀਂ ਆਉਂਦੀ ਫਿਰ ਬੋਲਣਾ ਹੀ ਆ ਦੂਜੇ ਸੌਂ ਜਾਂਦੇ ਆ ਸਹੀ ਗੱਲ ਨਾਲੇ ਸਾਰੇ ਇੱਕ ਕਮੇਡੀਅਨ ਆ ਇਹ ਸਾਡੇ ਕਮੇਡੀਅਨ ਆ ਇਹ ਕਮੇਡੀਅਨ ਆ ਤੁਹਾਡਾ ਉਹ ਨਹੀਂ ਨਾ ਇਫਤਖਾਰ ਠਾਕਰ ਆ ਨਹੀਂ ਬੰਦਾ ਰੌਣਕੀ ਵੀ ਹੋਣਾ ਚਾਹੀਦਾ ਨਾਲ ਮਹਿਫਲ ਲੱਗੀ ਰਹਿੰਦੀ ਆ ਤੁਸੀਂ ਵੀ ਕੁਝ ਬੋਲੋ ਤੁਹਾਡਾ ਤਾਂ ਰਾਹ ਹੀ ਲੈ ਗਿਆ ਜੋਗੀ ਗਰਾਸ ਦਾ ਆ ਕੇ ਅਸੀਂ ਬੋਲਣ ਤੇ ਬੰਦਾ ਨਾਲ ਲਿਆਂਦਾ ਨਾ ਬੋਲਣ ਲਈ ਬੰਦਾ ਨਾਲ ਲਿਆਂਦਾ ਇਹ ਪਾਰਟਨਰਸ਼ਿਪ ਇਸੇ ਚੀਜ਼ ਦੀ ਸੀਗੀ ਇਸ਼ਾਰਾ ਹੀ ਦੇਣਾ ਹੈ ਸਾਰੀ ਬੱਸ 'ਚ ਕੋਈ ਨਹੀਂ ਬੋਲਦਾ ਕੋਈ ਗੱਲ ਹੀ ਸੁਣਾ ਦਿਓ ਫਿਰ ਸੁਣੀ ਜੀ ਨਹੀਂ ਉਹ ਉਗਲੇ ਵਾਲੀ ਟੁੱਟ ਕੇ ਟੋਟਕਾ ਨਹੀਂ ਆਉਂਦਾ ਆਪਣਾ ਮੈਂ ਭਰਾ ਜੀ ਉਹ ਗਲਤ ਕਰਦੇ ਹਾਂ ਉਹ ਅਸੀਂ ਕਰਦੇ ਨਹੀਂ ਇਸੇ ਦੀਆਂ ਗੱਲਾਂ ਕਰਕੇ ਸਾਲ ਲੈ ਤੇ ਇੱਕ ਦੂਜੇ ਦੀਆਂ ਜਿਵੇਂ ਸਾਡੇ ਚਾਚਾ ਜੀ ਆਏ ਇਹ ਆਂਦੇ ਵੀ ਜਿਵੇਂ ਤੁਸੀਂ ਚੱਲੋ ਮੇਰੇ ਨਾਲ ਉੱਥੇ ਜਾ ਕੇ ਤੁਹਾਨੂੰ ਆਹ ਚੀਜ਼ ਪਹਿਲਾਂ ਮਿਲੂਗੀ ਜਿੰਨੀਆਂ ਵੀ ਇਹਨਾਂ ਨੇ ਗੱਲਾਂ ਕਹੀਆਂ ਉਹਨਾਂ 'ਚ ਕੋਈ ਸਹੀ ਨਹੀਂ ਹੋਏਗੀ ਉਹ ਕਿਹੜੀ ਕਿਹੜੀ ਗੱਲ ਕਹਿ ਦਿੰਦੀ ਨਹੀਂ ਮੈਂ ਸਾਰਾ ਕੁਝ ਕਹਿ ਰਿਹਾ ਸਾਰਾ ਕੁਝ ਮਿਲੂ ਹੌਸਲਾ ਰੱਖੋ ਥੋੜਾ ਜਿਹਾ ਹੋਰ ਪਤਾ ਨਹੀਂ ਕੀ ਦਵਾਗਾ ਇਹ ਇਹ ਆ ਹੌਸਲਾ ਸਾਡੇ ਕੋਲ ਕੁਝ ਚੀਜ਼ਾਂ ਤਾਂ ਮੈਂ ਰੱਖਦਾ ਤਾਂ ਇੱਥੇ ਤਾਂ ਅਸੀਂ ਹੌਸਲਾ ਇਹ ਚੀਜ਼ ਆ ਗਵਾਹ ਹੀ ਬੰਦੇ ਕੋਈ ਚੀਜ਼ ਪ੍ਰੋਪਰ ਨਹੀਂ ਮਿਲੀ ਇਹਨਾਂ ਦੇ ਕਹਿਣ ਵਾਲੀ ਮਿਲਦੀ ਜ਼ਰੂਰ ਆ ਇਹ ਤਾਂ ਫਿਰ ਵੱਜ ਕੇ ਭੁੱਖੇ ਰੱਖਣ ਵਾਲੀ ਨਾ ਨਹੀਂ ਉਹ ਇਹਨਾਂ ਦੀ ਗਲਤੀ ਨਹੀਂ ਜਿਹੜੇ ਬੰਦੇ ਇਹਨਾਂ ਨਾਲ ਆਏ ਸੀ ਉਹ ਸਿਆਣੇ ਸੀ ਬਾਕੀ ਉਹ ਆਪਦੇ ਪਿੰਡ ਚਲੇ ਗਏ ਇਹ ਤੇ ਗੁਰੂ ਘਰ ਰਹੇ ਫਿਰ ਇਹ ਤੁਰ ਫਿਰ ਨਹੀਂ ਹੁੰਦਾ ਸਕੇ ਇਕੱਲੇ ਹੁਣ ਇਹਨਾਂ ਨੂੰ ਅਸੀਂ ਪੂਰਾ ਦੌਰਾ ਫੇਰਾ ਕਰਾਇਆ ਦਰਸ਼ਨ ਕਰਾਏ ਤੁਹਾਡੇ ਵਰਗਿਆਂ ਨਾਲ ਬੁਲਾਇਆ ਅੱਛਾ ਲਿਆਉਣ ਵਾਲਾ ਹੀ ਆ ਇਹਨੇ ਸਾਰੇ ਨੂੰ ਫੋਨ ਕੀਤੇ ਤੁਸੀਂ ਚੜ ਗਏ ਹਰਨਾਂ ਦੇ ਸਿੰਘੀ ਨਹੀਂ ਹੁਣ ਕਿਤੇ ਭਗਾ ਕੇ ਨਾ ਮਾਰਨ ਕਿਸੇ ਕਿਸੇ ਸਾਈਡ ਤੇ ਨਾ ਨਹੀਂ ਨਹੀਂ ਆਪਣਾ ਟਾਈਮ ਨਾਲ ਲੈ ਲੈ ਰੱਖਣਾ ਨਾਲ ਹੀ ਆ ਆਪਣਾ ਟਾਈਮ ਪਾਸ ਹੋ ਗਿਆ ਹੁਣ ਕਹਾਂ ਇਹ ਆਪੇ ਕਹਾਂ ਨਹੀਂ ਨਹੀਂ ਅਸੀਂ ਨਾ ਅਸੀਂ ਆਪ ਐਂ ਕਦਮ ਪਿੱਛੇ ਰਹਿ ਜੰਨੇ ਆ ਇਹਨਾਂ ਨੂੰ ਅਸੀਂ ਅਗਲੇ ਪਾਸੇ ਰੱਖਦੇ ਆ ਨਹੀਂ ਚਾਹੀਦਾ ਸਿਆਣੇ ਬੰਦੇ ਦਾ ਕੰਮ ਅੱਗੇ ਚੱਲ ਹੈਗਾ ਤਾਇਆ ਪਰ ਹੈਗਾ ਸਾਡਾ ਯਾਰ ਵੀ ਤਾਇਆ ਤਾਂ ਤਾਇਆ ਨਾਲ ਯਾਰੀ ਜੁਰੀ ਹੋਣੀ ਚਾਹੀਦੀ ਆ ਫਿਰ ਨਹੀਂ ਕਰੇ ਤਾਈ ਕੋਲੇ ਤਾਇਆ ਹੀ ਹੈ ਤਾਇਆ ਹੀ ਹੈ ਇੱਥੇ ਵੇਲੀ ਆ ਇੱਥੇ ਵੇਲੀ ਆ ਲੜਦਾ ਨਹੀਂ ਹੈਗੀ ਇਹਦਾ ਮਤਲਬ ਹੈ ਹੈਗੇ ਅਸੀਂ ਤਾਂ ਹੋਰ ਲੱਭਣ ਨੂੰ ਫਿਰਦੇ ਤੂੰ ਕੀ ਧਾਰੀ ਆ ਨਹੀਂ ਨਹੀਂ ਕੋਈ ਨੀ ਫਿਰ ਕੀ ਆ ਘਰੇ ਲੜਾਈ ਪੈ ਜਾਵਾ ਇਹਦਾ ਲੜਾਈ ਇਹ ਵੀਡੀਓ ਦੇਖ ਲੈਣੀ ਆ ਵੀਡੀਓ ਘਰ ਵਾਲਿਆਂ ਨੇ ਵੀ ਦੇਖ ਲੈਣੀ ਦੇਖ ਲੈਣੀ ਉਹਨਾਂ ਨੇ ਕਿਹੜਾ ਮਛਰਿਆ ਫਿਰਦਾ ਪਾਕਿਸਤਾਨ ਜਾ ਰਿਹਾ ਪਾਕਿਸਤਾਨ ਸਾਡਾ ਪਿੰਡ ਸਾਨੂੰ ਖੁਸ਼ੀ ਹੋ ਗਈ ਆ ਹਾਂ ਇਹ ਤਾਂ ਹੈ ਕਿਹੜਾ ਦਿਲ ਮੰਨਦਾ ਤੁਹਾਡਾ ਦਿਲ ਮੰਨਦਾ ਦਿਲ ਕਹਿੰਦਾ ਵੀ ਇੱਕ ਅੱਧੀ ਹੋਣੀ ਚਾਹੀਦੀ ਨਹੀਂ ਉਹਦਾ ਨਹੀਂ ਲੈਣੀ ਉਹਦਾ ਮਜ਼ਾਕ ਕਰਨੇ ਪਿੰਡ ਪਿੰਡ ਨੇ ਕੰਮ ਕੀ ਕਰਦਾ ਸੀ ਬੜੇ ਦਿਲ ਹੁਣ ਵੇਖ ਕੇ ਜਾਣਾ ਵੀ ਬਹੁਤ ਵਧੀਆ ਗੱਲਾਂ ਬਾਤਾਂ ਜੀ ਸ਼ੁਕਲ ਮੇਲਾ ਇਹੀ ਤਾਂ ਹੁੰਦਾ ਪਿਆ ਹਮਦ ਬਾਨ ਜਦੋਂ ਮਿਲਦੇ ਆ ਉਦੋਂ
प्यार मोहब्बत होना चाहिए, नफरत खत्म होनी चाहिए। रब रखा जी।